ਸਾਡੇ ਸਿੰਗਰ ਸਾਰੇ ਪਹੁੰਚ ਚੁੱਕੇ ਨੇ ਜਸਵਿੰਦਰ ਡਗਾਮੀਆ ਜੀ ਮੇਰੇ ਵੱਡੇ ਭਾਜੀ ਜੋਬਨਜੀਤ ਜੀ ਹੁਸਨਪ੍ਰੀਤ ਗੋਪੀ ਡੀ ਸੋ ਆਪਾਂ ਸਾਰੇ ਇੰਜੋਏ ਕਰ ਰਹੇ ਹਾਂ ਜੀ ਤੇ ਸਾਰਿਆਂ ਨੂੰ ਬੇਨਤੀ ਹੈ ਸਾਰੇ ਪਹੁੰਚੋ ਹਮ ਹਮਾ ਕੇ Welcome back to Dreams Punjabi Radio. This is Sonia Live 604-498-1775 Mina Dinal. And we're talking about Valentine's show jira hon ja reha on Friday February 16th at Bollywood Banquet Hall. So hon studio vich sade naal Jobanjeet and Gopy D. So welcome to the studio. Thank you. Thank you ji. ਹਾਂਜੀ ਸੋ ਤੁਸੀਂ ਆਪਣਾ ਟਾਈਮ ਕੱਢ ਕੇ ਐਂਡ ਸ਼ੋਅ ਵਾਲੀ ਦੱਸਣ ਆਏ ਸਾਨੂੰ ਸੋ ਦੱਸੋ ਕਿ ਸ਼ੋਅ ਦੇ ਵਿੱਚ ਅਸੀਂ ਕੀ ਐਕਸਪੈਕਟ ਕਰੀਏ ਕੀ ਦੇਖਣ ਨੂੰ ਸਾਨੂੰ ਮਿਲੂਗਾ ਜੋਬਨਜੀਤ ਇਹਦੇ ਵਿੱਚ ਅਸੀਂ ਜੋ ਵੀ ਕਰ ਰਹੇ ਹਾਂ ਜਿੰਨਾ ਵੀ ਅਸੀਂ ਇਹਦੇ ਵਿੱਚ ਸਿੰਗਰਸ ਟੈਸਟ ਕੀਤੇ ਹੋਏ ਆ ਸ਼ੋਅ ਦੇ ਹਾਰ ਟੈਸਟ ਕੀਤੇ ਹੋਏ ਆ ਉਹਦੇ ਵਿੱਚ ਇਹ ਹੈ ਕਿ ਅਸੀਂ ਜਿੰਨਾ ਵੀ ਕਰ ਰਹੇ ਹਾਂ ਸਭਿਆਚਾਰ ਤੇ ਸਭਿਆਚਾਰ ਦੇ ਦਾਇਰੇ ਵਿੱਚ ਰਹਿ ਕੇ ਕਰ ਰਹੇ ਜੀ ਹਾਂਜੀ ਸੋ ਤੁਸੀਂ ਸੋਚਿਆ ਕਿ ਤੁਸੀਂ ਇੰਡੀਆ ਵਿੱਚੋਂ ਇਸ ਸ਼ੋਅ ਲਈ ਸਪੈਸ਼ਲੀ ਆਏ ਹਾਂਜੀ ਹਾਂਜੀ ਸਪੈਸ਼ਲੀ ਆਏ ਐਂਡ ਪਹਿਲਾਂ ਵੀ ਤੁਸੀਂ ਸ਼ੋਅਜ਼ ਕੀਤੇ ਕੈਨੇਡਾ ਵਿੱਚ ਹਾਂਜੀ 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 ਤੇ ਗੋਪੀ ਜੀ ਤੁਹਾਡਾ ਕਿੱਦਾਂ ਬਣਿਆ ਇਸ ਸ਼ੋਅ ਦੇ ਵਿੱਚ ਜੀ ਸੈਂਡੀ ਜੀ ਮੈਂ ਬਹੁਤ ਚਿਰ ਦਾ ਜਾਣਦਾ ਇਹਨਾਂ ਨੇ ਮੈਨੂੰ ਆਫਰ ਕੀਤੀ ਕਿ ਤੁਸੀਂ ਸ਼ੋਅ ਵਿੱਚ ਗਾਉਣਾ ਚਾਹੁੰਦੇ ਆਮ ਲਾਈਕ ਆਫ ਕੋਰਸ ਆਈ ਵੁੱਡ ਲਵ ਟੂ ਹੈਲਪ ਯੂ ਆਊਟ ਰਾਈਟ ਸੋ ਉੱਥੋਂ ਇਹਨਾਂ ਨੇ ਕਿਹਾ ਤੁਸੀਂ ਵੀ ਵਿੱਚ ਗਾ ਲਿਓ ਹਾਂਜੀ ਤੇ ਦੋ ਚਾਰ ਸੌਂਗਸ ਵਿੱਚ ਕਰਨੇ ਆ ਹਾਂਜੀ ਤੇ ਤੁਸੀਂ ਇੱਥੇ ਰਹਿੰਦੇ ਕਿੱਥੇ ਰਹਿੰਦੇ ਮੈਂ ਤਾਂ ਕੈਨੇਡਾ ਰਹਿੰਦਾ ਜੀ ਹਾਂਜੀ ਸੋ ਤੁਸੀਂ ਲੋਕਲ ਸਿੰਗਰ ਐਂਡ ਇਟਸ ਵੈਰੀ ਨਾਈਸ ਕਿ ਇੰਡੀਆ ਵਿੱਚੋਂ ਵੀ ਐਂਡ ਲੋਕਲ ਸਿੰਗਰਸ ਬੋਥ ਸ਼ੋਅ ਦੇ ਵਿੱਚ ਐਂਡ ਇਟਸ ਅ ਲਾਈਵ ਸ਼ੋਅ ਜਿਹੜਾ ਹੋਣ ਜਾ ਰਿਹਾ ਹਾਂਜੀ ਤੇ ਕੀ ਜੋਬਨਜੀਤ ਤੁਸੀਂ ਕਿਹੜੇ ਗਾਣੇ ਹੋ ਕਿਹੜੇ ਟਾਈਪ ਆਫ ਸੌਂਗਸ ਸ਼ੇਅਰ ਕਰੋਗੇ ਉਹ ਗਾਓਗੇ ਸ਼ੋਅ ਦੇ ਵਿੱਚ ਅਸੀਂ ਪੰਜਾਬੀ ਸੌਂਗ ਹੀ ਸੁਣਾ ਰਹੇ ਹਾਂ ਜੀ ਜਿਹਦੇ ਨਾਲ ਸਾਡਾ ਕਿ ਜਿਹਦੇ ਵਿੱਚੋਂ ਵਿਰਸਾ ਝਲਕਦਾ ਜੀ ਹਾਂਜੀ ਹਾਂਜੀ ਤੇ ਜਿਹੜੇ ਤੁਹਾਡੇ ਟ੍ਰੈਕਸ ਵੀ ਮਾਰਕੀਟ ਦੇ ਵਿੱਚ ਆ ਚੁੱਕੇ ਆ ਉਹਨਾਂ ਚੋਂ ਇਫ ਯੂ ਕੈਨ ਸ਼ੇਅਰ ਥੋੜੇ ਦੋ ਬੋਲ ਜਿਹੜਾ ਵੀ ਸੌਂਗ ਤੁਹਾਨੂੰ ਜ਼ਿਆਦਾ ਵਧੀਆ ਲੱਗਦਾ ਹਾਂਜੀ ਹਾਂਜੀ ਜ਼ਰੂਰ ਜੀ ਗੱਭਰੂ ਜੱਟਾਂ ਦੇ ਪੁੱਤ ਸ਼ੈਲ ਸ਼ਬੀਲ ਗੱਭਰੂ ਜੱਟਾਂ ਦੇ ਪੁੱਤ ਸ਼ੈਲ ਸ਼ਬੀਲ ਜੋਗੀ ਜੇ ਬਣ ਗਏ ਰੰਗ ਰੰਗੀਲੇ ਜੋਗੀ ਜੇ ਬਣ ਗਏ ਰੰਗ ਰੰਗੀਲੇ ਮਿੱਠੀਆਂ ਗੱਲਾਂ ਚ ਪਰਮਾ ਲੈਣਗੇ ਨੀ ਤੈਨੂੰ ਕੀਲ ਕੇ ਪਟਾਰੀ ਵਿੱਚ ਪਾ ਲੈਣਗੇ ਨੀ ਤੈਨੂੰ ਕੀਲ ਕੇ ਪਟਾਰੀ ਵਿੱਚ ਪਾ ਲੈਣਗੇ ਹਾਂਜੀ ਤੇ ਸ਼ੋਅ ਦੀ ਤਿਆਰੀ ਰਿਹਰਸਲ ਐਂਡ ਜੋ ਵੀ ਕਰ ਰਹੇ ਲਾਈਕ ਟੂ ਗੈਟ ਰੈਡੀ ਪ੍ਰਿਪੇਅਰ ਫਾਰ ਦ ਸ਼ੋਅ ਕਿੰਨਾ ਟਾਈਮ ਕੀ ਕੀਤਾ ਲਾਈਕ ਕੀ ਤਿਆਰੀ ਦੇ ਵਿੱਚ ਤਿਆਰੀ ਦੇ ਵਿੱਚ ਅਸੀਂ ਸੌਂਗਸ ਕਰ ਰਹੇ ਹਾਂ ਜੀ ਜੋ ਜਿਹੜੇ ਸਿੰਗਰ ਨੇ ਜਿਹੜਾ ਵੀ ਸੌਂਗ ਗਾਉਣਾ ਉਹ ਆਪਣੋ ਆਪਣੀ ਸੈਟਿੰਗ ਆ ਜਿੱਦਾਂ ਕਿ ਸਿੰਗਰ ਨੇ ਜਿੱਦਾਂ ਵੀ ਕਿਉਂਕਿ ਕਿਸੇ ਦੇ ਕਿੰਨੇ ਟਰੈਕ ਆਏ ਆ ਜਾਂ ਉਹਦੇ ਕੀ ਗਾਉਣਾ ਉਹਦਾ ਜਿਹੜਾ ਕੋਈ ਹਿਟਸ ਟਰੈਕ ਆ ਉਹ ਹਾਂਜੀ ਹਾਂਜੀ ਤੇ ਆਡੀਅੰਸ ਦੀ ਉਹ ਜਿਹੜੇ ਉੱਥੇ ਪਹੁੰਚੂਗੇ ਉਹਨਾਂ ਦੀ ਰਿਕੁਐਸਟ ਵੀ ਲਓਗੇ ਤੁਸੀਂ ਜੀ ਹਾਂਜੀ ਐਂਡ ਸੋ ਗੋਪੀ ਜੀ ਤੁਸੀਂ ਥੋੜਾ ਜਿਹਾ ਬਾਅਦ ਵਿੱਚ ਜੁਆਇਨ ਹੋਏ ਆ ਤੁਹਾਡੀ ਜਿਹੜੀ ਪਲੈਨਿੰਗ ਐਂਡ ਪ੍ਰੈਪ ਕਿੱਦਾਂ ਰਹੀ ਪਲੈਨਿੰਗ ਪ੍ਰੈਪ ਤਾਂ ਠੀਕ ਸੀ ਆਪਾਂ ਨੂੰ ਟਾਈਮ ਸਿਰ ਫਿਰ ਵੀ ਕਹਿਤਾ ਵੀ ਆਪਾਂ ਤੁਸੀਂ ਜੁਆਇਨ ਕਰੋ ਤਾਂ ਕਿ ਰਿਹਰਸਲ ਸਾਡੇ ਕੱਲ ਸੀਗੇ ਹਾਂਜੀ ਤੇ ਮੈਨੂੰ ਤਿੰਨ ਚਾਰ ਦਿਨ ਪਹਿਲਾਂ ਕਹਿਤਾ ਸੀਗਾ ਵੀ ਤੁਸੀਂ ਗਾਣੇ ਸ਼ੋਅ ਵਿੱਚ ਕਰਨੇ ਆ ਤੇ ਉਸ ਹਿਸਾਬ ਨਾਲ ਸਾਰਾ ਕੁਝ ਸਹੀ ਹੋ ਗਿਆ ਹਾਂਜੀ ਤੇ ਜਿਹੜੇ ਟ੍ਰੈਕਸ ਤੁਹਾਡੇ ਵੀ ਮਾਰਕੀਟ ਦੇ ਵਿੱਚ ਆ ਚੁੱਕੇ ਉਹਨਾਂ ਤੋਂ ਤੁਸੀਂ ਵੀ ਦੋ ਬੋਲ ਸੁਣਾਓ ਜੀ ਰਾਈਟ ਨਾਓ ਅਸੀਂ ਰਿਲੀਜ਼ ਤਾਂ ਕੁਝ ਕੀਤਾ ਨਹੀਂ ਪਰ ਅਸੀਂ ਯੂਟਿਊਬ ਤੇ ਇੱਕ ਰਿਲੀਜ਼ ਕੀਤਾ ਸੀਗਾ ਆਪਣੇ ਮਲਪੁਰੀ ਭਾਜੀ ਦੇ ਗਾਣਾ ਸੀ ਉਹਨਾਂ ਨੇ ਕਿਹਾ ਸੀਗਾ ਲਾਈਵ ਕਰਕੇ ਆਪਾਂ ਗਾਉਣਾ ਉਹਨਾਂ ਚ ਦੋ ਬੋਲ ਸੁਣਾ ਦਿੰਦਾ ਸਹੀ ਗੱਲ ਆ ਵਾਈਫ ਤੋਂ ਜ਼ਿਆਦਾ ਡਰਨਾ ਚਾਹੀਦਾ ਹਾਂਜੀ ਸੋ ਹੋਰ ਜੋਬਨਜੀਤ ਤੁਸੀਂ ਦੱਸੋ ਕਿ ਤੁਹਾਡਾ ਕਿੱਦਾਂ ਬਣਿਆ ਕਿ ਇੰਡੀਆ ਤੋਂ ਇਹ ਤੁਸੀਂ ਸ਼ੋਅ ਕਰਨ ਆਉਣਾ ਇੱਥੇ ਹੋਰ ਵੀ ਸ਼ੋਅਜ਼ ਕਰਨੇ ਇਹੀ ਕਰਨਾ ਕਿੱਦਾਂ ਤੁਹਾਡਾ ਪਲਾਨਿੰਗ ਬਣੇ ਕਿ ਮੈਂ ਸ਼ੋਅ ਲਈ ਆਈ ਵਾਂਟ ਟੂ ਬੀ ਹੇਅਰ ਫੋਰ ਦਿਸ ਵੈਲੈਂਟਾਈਨ ਸ਼ੋਅ ਹਾਂਜੀ ਮੇਰਾ ਇਹਨਾਂ ਨਾਲ ਪਹਿਲਾਂ ਤੋਂ ਕਾਫੀ ਹੈ ਸਾਡੇ ਰਾਏ ਜੀ ਨੇ ਮੈਨੂੰ ਕਾਲ ਕੀਤੀ ਕਿ ਤੁਸੀਂ ਸਾਡੇ ਸ਼ੋਅਜ਼ ਵਗੈਰਾ ਰੱਖੇ ਹੋਏ ਨੇ ਤੁਸੀਂ ਪਹੁੰਚਣਾ ਤੁਸੀਂ ਜ਼ਰੂਰ ਆਉਣਾ ਮੇਰੇ ਇੰਡੀਆ ਵੀ ਸ਼ੋਅ ਸੀ ਕਾਫੀ
ਤੇ ਸੋ ਇਹਨਾਂ ਦਾ ਹੁਕਮ ਨਾਲ ਸੀ ਫਿਰ ਅਸੀਂ ਟਾਲ ਨਹੀਂ ਸਕਦੇ ਸੀ ਤੇ ਇਸੇ ਕਰਕੇ ਅਸੀਂ ਇੱਥੇ ਸੇਵਾ ਕਰਨ ਵਾਸਤੇ ਆਏ ਹੋਏ ਹਾਂ ਜੀ ਹਾਂਜੀ ਸੋ ਦੈਟਸ ਨਾਈਸ ਐਂਡ ਸ਼ੋਜ਼ ਦੇ ਵਿੱਚ ਹੋਰ ਕੀ ਡਿਫਰੈਂਟ ਹੋ ਕੀ ਐਕਸਪੈਕਟ ਕਰ ਸਕਦੇ ਲਾਈਕ ਕੀ ਅਸੀਂ ਦੇਖੋਗੇ ਲਾਈਵ ਸਿੰਗਿੰਗ ਐਂਡ ਸਿੰਗਰਸ ਡਿਫਰੈਂਟ ਇਹ ਹੈ ਕਿ ਅਸੀਂ ਇਹਦੇ ਵਿੱਚ ਡਿਊਟ ਸੌਂਗ ਕਰ ਰਹੇ ਹਾਂ ਜੀ ਹਾਂਜੀ ਡਿਊਟ ਸੌਂਗ ਕਰ ਰਹੇ ਹਾਂ ਕਿਉਂਕਿ ਡਿਊਟ ਜਿਹੜਾ ਬਹੁਤ ਘੱਟ ਹੁੰਦੇ ਆ ਸ਼ੋਅ ਦੇ ਵਿੱਚ ਕਿਉਂਕਿ ਜਿਹੜੇ ਸੋਲੋ ਸਿੰਗਰ ਹੁੰਦੇ ਆ ਡਿਊਟ ਨਹੀਂ ਕਰ ਰਹੇ ਪਰ ਅਸੀਂ ਇਹਦੇ ਵਿੱਚ ਸ਼ੋਅ ਦੇ ਸਪੈਸ਼ਲੀ ਡਿਊਟ ਸੌਂਗ ਕਰ ਰਹੇ ਹਾਂ ਜੀ ਹਾਂਜੀ ਸੋ ਦੈਟਸ ਨਾਈਸ ਬਿਕਾਜ਼ ਲਾਈਵ ਸਿੰਗਿੰਗ ਐਂਡ ਵੈਸੇ ਵੀ ਤੁਸੀਂ ਸੌਂਗਸ ਗਾਓਗੇ ਆਲਸੋ ਡਿਊਟਸ ਸੋ ਰੋਮਾਂਟਿਕ ਸੌਂਗਸ ਵੀ ਭੰਗੜਾ ਸੌਂਗਸ ਵੀ ਨੱਚ ਵੀ ਸਕਦੇ ਥੋੜਾ ਰੋਮਾਂਟਿਕ ਵੀ ਬਣ ਸਕਦੇ ਆ ਫੈਮਿਲੀ ਸ਼ੋਅ ਵੀ ਆ ਕਿਡਸ ਲਈ ਵੀ ਆ ਸੋ ਇਹ ਟਿਕਟਸ ਐਂਡ ਕਿੱਥੋਂ ਮਿਲ ਸਕਦੀ ਕਿਹਨਾਂ ਨੂੰ ਇਹ ਕੰਟੈਕਟ ਕਰ ਸਕਦੇ ਇਹ ਤੁਸੀਂ ਸੈਂਡੀ ਰਾਇਜ਼ ਜੀ ਨਾਲ ਤੁਸੀਂ ਗੱਲ ਕਰ ਸਕਦੇ ਹੋ ਜੀ ਜਿੱਥੇ ਵੀ ਇਹਨਾਂ ਨੇ ਜੋ ਵੀ ਰੈਜੀਡੈਂਸ ਦਿੱਤਾ ਹੋਇਆ ਟਿਕਟਸ ਵਗੈਰਾ ਜਿੱਥੋਂ ਲੈਣੇ ਆ ਲੈ ਸਕਦੇ ਜੀ ਤੁਸੀਂ ਇਹਨਾਂ ਨੂੰ ਕਾਲ ਵੀ ਕਰ ਸਕਦੇ ਹੋ ਹਾਂਜੀ ਇਹਨਾਂ ਦਾ ਨੰਬਰ ਹੈ 604-825-8811 ਹਾਂਜੀ ਤੇ ਚਾਹੇ ਜਿਵੇਂ ਅਸੀਂ ਜਿਹੜੇ ਸਿੰਗਰ ਆ ਜੇ ਤੁਸੀਂ ਸਾਨੂੰ ਫੇਸਬੁੱਕ ਲੱਭ ਸਕਦੇ ਆ ਅਸੀਂ ਵੀ ਗਾਹ ਟਿਕਟਾਂ ਵੇਚ ਸਕਦੇ ਆ ਓਕੇ ਸੋ ਫੇਸਬੁੱਕ ਦੇ ਥਰੂ ਆਈ ਨੋ ਕਿ ਸਮ ਟਾਈਮ ਸਿੰਗਰਸ ਦੇ ਪੇਜ ਐਡਮਿਨਸ ਕੋਈ ਹੋਰ ਹੁੰਦੇ ਹਾਂਜੀ ਹਾਂਜੀ ਨੋ ਨੋ ਮੈਂ ਆਪਣਾ ਆਪ ਦੂਜਾ ਮੈਨੇਜ ਕਰਦਾ ਆ ਸੋ ਇਫ ਯੂ ਗਾਇਸ ਵਾਂਟ ਯੂ ਗਾਇਸ ਕੈਨ ਕੰਟੈਕਟ ਮੀ ਗੋਪੀ ਡੀ ਤੇ GOPY ਸਪੇਸ ਡੀ ਤੁਸੀਂ ਮੈਨੂੰ ਫੇਸਬੁੱਕ ਤੇ ਲੱਭ ਸਕਦੇ ਕੰਟੈਕਟ ਕਰ ਸਕਦੇ ਆ ਅਸੀਂ ਵੀ ਤੁਹਾਨੂੰ ਟਿਕਟਾਂ ਦੇ ਸਕਦੇ ਆ ਚਾਹੇ ਬੀ ਫੋਰ ਯੂ ਦੇ ਉੱਤੇ ਰੱਖੀਆਂ ਹੋਈਆਂ ਸਾਡੀਆਂ ਟਿਕਟਾਂ ਉੱਥੋਂ ਵੀ ਤੁਸੀਂ ਲੈ ਸਕਦੇ ਹੋ ਸੈਂਡੀ ਜੀ ਨੂੰ ਡਾਇਰੈਕਟਲੀ ਕਾਲ ਕਰ ਸਕਦੇ ਹੋ ਹਾਂਜੀ ਐਂਡ ਜਿਹੜੀ ਸ਼ੋਅ ਐਂਡ ਸ਼ੋਅ ਦਾ ਪੋਸਟ ਸ਼ੋਅ ਇਨਫੋਰਮੇਸ਼ਨ ਉਹ ਤੁਹਾਡੀ ਅਫੀਸ਼ੀਅਲ ਫੇਸਬੁੱਕ ਤੇ ਪੇਜ ਤੇ ਸ਼ੇਅਰ ਹੋਊਗਾ ਆਫ ਕੋਰਸ ਹਾਂਜੀ ਐਂਡ ਸੋ ਹੋਰ ਤੁਸੀਂ ਸ਼ੋਅ ਬਾਰੇ ਕੀ ਦੱਸਣਾ ਚਾਹੋਗੇ ਕਿ ਇਸ ਸ਼ੋਅ ਵਿੱਚ ਕਿਉਂ ਆਈਏ ਸਮਥਿੰਗ ਆਈ ਐਮ ਜੋ ਚੀਜ਼ ਮੈਂ ਡਿਫਰੈਂਟ ਪੇਸ਼ ਕਰ ਰਿਹਾ ਜੋ ਮੈਂ ਗਾਉਣਾ ਉਹ ਮੈਂ ਹਿੰਦੀ ਐਂਡ ਪੰਜਾਬੀ ਮੈਲੋਡੀ ਟਾਈਪ ਮਿਕਸ ਕਰਕੇ ਗਾਉਣਾ ਆ ਹਾਂਜੀ ਤੇ ਉਹਦੇ ਵਿੱਚ ਜਿਵੇਂ ਮੈਸ਼ਅਪ ਜਿਹਨੂੰ ਕਹਿੰਦੇ ਆ ਅੰਗਰੇਜ਼ੀ ਦੇ ਵਿੱਚ ਮੈਸ਼ਅਪ ਗਾਣੇ ਉਹ ਆਪਾਂ ਮੇਰੇ ਕੋਲ 7-8 ਗਾਣੇ ਜਿਹੜੇ ਮੈਸ਼ਅਪ ਕਰਨੇ ਕੰਟੈਂਸ ਕਰਕੇ ਉਹ ਸਾਰੇ ਕੰਟੀਨਿਊਸ ਚੱਲਣਗੇ ਤੇ ਉਹਨਾਂ ਦਾ ਮੈਲੋਡੀ ਰੋਮਾਂਟਿਕ ਟਾਈਪ ਟੋਨ ਦੇ ਉਹ ਚੱਲਣਗੇ ਹਾਂਜੀ ਤੇ ਉਹ ਸਮਥਿੰਗ ਡਿਫਰੈਂਟ ਹੋਣਾ ਵਾ ਜਿਹੜਾ ਤੇ ਬਾਕੀ ਇਹ ਭਾਜੀ ਜਿਵੇਂ ਕਹਿੰਦੇ ਡੂਏ ਚੱਲਣਗੇ ਬਾਕੀ ਸਭ ਕੁਝ ਚੱਲੂਗਾ ਵਿੱਚੋਂ ਹਾਂਜੀ ਸੋ ਵੀ ਜਸਟ ਗੋਇੰ ਟੂ ਟੇਕ ਅ ਸ਼ਾਰਟ ਬ੍ਰੇਕ ਐਂਡ ਵਾਪਸ ਆ ਕੇ ਥੋੜੀ ਹੋਰ ਗੱਲਾਂ ਬਾਤਾਂ ਤੁਹਾਡੇ ਨਾਲ ਕਰਦੇ ਹਾਂ ਅਬਾਊਟ ਦ ਸ਼ੋਅ You're listening to Dreams Punjabi Radio, your destination for the latest in Punjabi and Hindi music, news, current affairs, and debates and discussions on issues that matter to you. To advertise with Dreams Punjabi Radio, please contact Aamar Dhillon at 604-537-1595. Dreams Punjabi Radio. ਕਹਾਵਤ ਹੈ ਜੀ ਜਿਹਨੇ ਲਾਹੌਰ ਨਹੀਂ ਵੇਖਿਆ ਉਹ ਜੰਮਿਆ ਹੀ ਨਹੀਂ ਪਰ ਮੁਸਤਫਾ ਤੇ ਇਕਰਾਮ ਜੀ ਕਹਿੰਦੇ ਨੇ ਜਿਹਨੇ ਲਾਹੌਰੀ ਸਵੀਟਸ ਐਂਡ ਰੈਸਟੋਰੈਂਟ ਦੀ ਹਲਵਾ ਪੂਰੀ ਨਹੀਂ ਖਾਦੀ ਉਹ ਪਾਇਲ ਪਲਾਜ਼ਾ ਵੜਿਆ ਹੀ ਨਹੀਂ ਜੀ ਹਾਂ 7 ਦਿਨ $6.99 ਵਿੱਚ ਬੇਮਿਸਾਲ ਹਲਵਾ ਪੂਰੀ ਸਵਾਦ ਮਿਠਾਈਆਂ ਤੇ ਲਾਜਵਾਬ ਖਾਣਿਆਂ ਲਈ ਹਮੇਸ਼ਾ ਯਾਦ ਰੱਖੋ ਪਾਇਲ ਪਲਾਜ਼ਾ ਸਰੀ ਵਿਸਤ੍ਰਿਤ ਲਾਹੌਰੀ ਸਵੀਟਸ ਐਂਡ ਰੈਸਟੋਰੈਂਟ ਪਤਾ ਨੋਟ ਕਰ ਲਵੋ 109-12-870-80 ਐਵੀਨਿਊ ਪਾਇਲ ਪਲਾਜ਼ਾ ਸਰੀ 604-593-63 604-593-63 ਬਾਈ ਤੇ ਫਿਰ ਆਓ ਚਲੀਏ ਬੇਗਮ ਜਾਨ ਕਿੱਥੇ ਲਾਹੌਰੀ ਸਵੀਟਸ ਤੇ ਹਲਵਾ ਪੂਰੀ ਖਾਣ ਸਾਡਾ ਕੁੱਤਾ ਕੁੱਤਾ ਤੇ ਤੁਹਾਡਾ ਕੁੱਤਾ ਡੋਮੀ ਦੁਨੀਆ ਦੇ ਨਕਸ਼ੇ ਤੇ ਕੈਨੇਡਾ ਦੀ ਐਵੇਂ ਨਹੀਂ ਵੱਖਰੀ ਸ਼ਾਨ ਬੰਦੇ ਤਾਂ ਬੰਦੇ ਇਹ ਤੇ ਜਾਨਵਰਾਂ ਦਾ ਵੀ ਰੱਖਦੇ ਨੇ ਖਾਸ ਧਿਆਨ ਜਾਨਵਰ ਤਾਂ ਬਹੁਤ ਪਾਲਦੇ ਨੇ ਪਰ ਬੱਚਿਆਂ ਵਾਂਗੂ ਕਰਦਾ ਨਹੀਂ ਕੋਈ ਪਿਆਰ ਤੇ ਐਟਲਸ ਐਨੀਮਲ ਹਸਪੀਟਲ ਵਾਲੇ ਡਾਕਟਰ ਭੁੱਲਰ ਵਾਂਗੂ ਕਿਹੜਾ ਰੱਖ ਲੋ ਇਹਨਾਂ ਦਾ ਖਿਆਲ ਜਾਨਵਰਾਂ ਦੀ ਕਿਸੇ ਵੀ ਤਰ੍ਹਾਂ ਦੀ ਮੈਡੀਕਲ ਸਰਵਿਸ ਗਰੂਮਿੰਗ ਪੇਟ ਕੇਅਰ ਜਾਂ ਆਖਰੀ ਰਸਮਾਂ ਲਈ ਹਮੇਸ਼ਾ ਯਾਦ ਰੱਖੋ ਐਟਲਸ ਐਨੀਮਲ ਹਸਪੀਟਲ ਵਾਲੇ ਹਾਕਮ ਭੁੱਲਰ ਜੀ ਨੂੰ ਇਹਨਾਂ ਦਾ ਐਡਰੈਸ ਨੋਟ ਕਰ ਲਓ 5696 ਫ੍ਰੈਸ਼ ਸਟ੍ਰੀਟ ਵੈਨਕੂਵਰ ਤੇ ਫੋਨ ਨੰਬਰ 6043010300 ਭਰੋਸੇ ਮੰਦ ਸਰਵਿਸ ਤੇ ਵਾਜਬ ਰੇਟਾਂ ਲਈ ਇੱਕੋ ਇੱਕ ਨਾਮ ਡਾਕਟਰ ਹਾਕਮ ਭੁੱਲਰ
Welcome back. This is Sunday Dreams Radio. Meena de Naal. Studio contact is 604-498-1775. And we're talking about Jira Valentine's Day show hon jare Friday. So Valentine's Day is February 14th, Jira Wednesday. And Friday no show hon jare at Bollywood Banquet Hall. And Sade Naal studio de vich Jobannjeet and Gopy D. ਗੱਲ ਬਾਤ ਕਰਦੇ ਸ਼ੋਅ ਦੇ ਬਾਰੇ ਸੋ ਆਪਾਂ ਥੋੜਾ ਜਿਹਾ ਜੋਬਨਜੀਤ ਤੁਸੀਂ ਆਪਣੇ ਬਾਰੇ ਦੱਸੋ ਤੁਸੀਂ ਇੰਡੀਆ ਤੋਂ ਆਏ ਆ ਸ਼ੋਅ ਲਈ ਖਾਸ ਕਰਕੇ ਆਏ ਸੋ ਆਪਣੀ ਥੋੜੀ ਬੈਕਗ੍ਰਾਉਂਡ ਬਾਰੇ ਦੱਸੋ ਕਿੱਥੋਂ ਤੁਸੀਂ ਬਿਲੋਂਗ ਕਰਦੇ ਹਾਂਜੀ ਮੈਂ ਇੰਡੀਆ ਤੋਂ ਸਪੈਸ਼ਲੀ ਸ਼ੋਅ ਵਾਸਤੇ ਆਇਆ ਮੈਂ ਫਰੀਦਕੋਟ ਡਿਸਟ੍ਰਿਕਟ ਨੂੰ ਬਿਲੋਂਗ ਕਰਦਾ ਜੀ ਹਾਂਜੀ ਐਂਡ ਜਿਹੜੀ ਗਾਇਕੀ ਤੁਸੀਂ ਬਚਪਨ ਤੋਂ ਇਸ ਗਾਇਕੀ ਵੱਲ ਹੋਏ ਸੀ ਜਾਂ ਕਦੋਂ ਸ਼ੁਰੂ ਕੀਤੀ ਸੀ ਹਾਂਜੀ ਬਚਪਨ ਤੋਂ ਹੀ ਸਪੁਰਦ ਹੋਏ ਆ ਜੀ ਇਸ ਫੀਲਡ ਨੂੰ ਹਾਂਜੀ ਹਾਂਜੀ ਤੇ ਫੈਮਿਲੀ ਸਪੋਰਟ ਮਿਲੀ ਸੀ ਬਚਪਨ ਚ ਜਾਂ ਹਾਂਜੀ ਫੈਮਿਲੀ ਸਪੋਰਟ ਫਾਦਰ ਸਾਹਿਬ ਜੀ ਬ੍ਰਦਰ ਮੇਰੇ ਨਾਲ ਹੀ ਆਏ ਹੋਏ ਨੇ ਅੱਜ ਤੇ ਇੰਡੀਆ ਵੀ ਇਹਨਾਂ ਨੇ ਕਾਫੀ ਸਪੋਰਟ ਕੀਤਾ ਮੈਨੂੰ ਤੇ ਕੈਨੇਡਾ ਵੀ ਇੱਥੇ ਜਦੋਂ ਮੈਂ ਆਉਣਾ ਤੇ ਮੈਨੂੰ ਕਾਫੀ ਸਪੋਰਟ ਕਰਦੇ ਆ ਜੀ ਹਾਂਜੀ ਸੋ ਇਹ ਵਧੀਆ ਹੈ ਕਿ ਫੈਮਿਲੀ ਸਪੋਰਟ ਜਿਹੜੀ ਮਿਲਦੀ ਹੈ ਸਪੈਸ਼ਲੀ ਭੈਣਾਂ ਭਰਾਵਾਂ ਦੀ ਮਾਂ ਪੇ ਦੀ ਸਪੋਰਟ ਹੁੰਦੀ ਆ ਜਿਹੜਾ ਆਪਣਾ ਪੈਸ਼ਨ ਹੁੰਦਾ ਗਾਉਣ ਲਈ ਕਿ ਉਹਦੇ ਨਾਲ ਸਪੋਰਟ ਵੀ ਫੈਮਿਲੀ ਦੀ ਹੋਵੇ ਹਾਂਜੀ ਹਾਂਜੀ ਜ਼ਰੂਰੀ ਹੈ ਜੀ ਇਹਦਾ ਹਾਂਜੀ ਤੇ ਗੋਬੀ ਜੀ ਤੁਸੀਂ ਤਾਂ ਇੱਥੇ ਰਹਿ ਰਹੇ ਬਟ ਕਿੱਥੇ ਤੁਹਾਡਾ ਬੈਕਗ੍ਰਾਉਂਡ ਆ ਬੈਕਗ੍ਰਾਉਂਡ ਜੀ ਮੈਂ ਓਰੀਜਨਲੀ ਜਗਰਾਉਂ ਤੋਂ ਹਾਂ ਹਾਂਜੀ ਲੁਧਿਆਣਾ ਹਾਂਜੀ ਰਹੀ ਤਾਂ ਖਾਸ ਜਗਰਾਉਂ ਦੇ ਵਿੱਚ ਹੋਈਆਂ ਸੀ ਪਹਿਲਾਂ ਮੈਂ ਇੱਥੇ 2000 ਵਿੱਚ ਆਇਆ ਸੀਗਾ ਕੈਨੇਡਾ ਚ ਬਹੁਤ ਛੋਟਾ ਹੁੰਦਾ ਆਇਆ ਸੀ ਹਾਂਜੀ ਤੇ ਉਦੋਂ ਤਾਂ ਮੈਂ ਇੱਥੇ ਹੀ ਹਾਂ ਸਟੱਡੀ ਸਾਰੀ ਇੱਥੇ ਕੀਤੀ ਹੈ ਐਲੀਮੈਂਟਰੀ ਸਕੂਲ ਹਾਈ ਸਕੂਲ ਸਾਰਾ ਇੱਥੇ ਕੀਤਾ ਹੋਇਆ ਸੋ ਬੇਸਿਕਲੀ ਤੁਸੀਂ ਤਾਂ ਕੈਨੇਡੀਅਨ ਬਣ ਗਏ ਹਾਂਜੀ ਬੇਸਿਕਲੀ ਕੈਨੇਡੀਅਨ ਪਰ ਸਾਰਾ ਸੱਭਿਆਚਾਰ ਦਾ ਇੰਡੀਆ ਦਾ ਸੱਭਿਆਚਾਰ ਸਾਰਾ ਕੁਝ ਆਪਾਂ ਨੂੰ ਮੈਨੂੰ ਸਾਰਾ ਕੁਝ ਯਾਦ ਹੈ ਇਸ ਤੱਕ ਰਾਈਟ ਹਾਂਜੀ ਸੋ ਦੈਟਸ ਗੁੱਡ ਸੋ ਆਪਾਂ ਸ਼ੋਅ ਵਾਲੀ ਗੱਲ ਕਰ ਰਹੇ ਹਾਂ ਜਿਹੜਾ ਹੋਣ ਜਾ ਰਿਹਾ ਇਟਸ ਅ ਵੈਲੈਂਟਾਈਨ ਸ਼ੋਅ ਫੈਮਿਲੀ ਸ਼ੋਅ ਆ ਸੋ ਕਪਲਸ ਐਂਡ ਕਿਡਸ ਵੀ ਆ ਸਕਦੇ ਵਿੱਚ ਤੇ ਉਹ ਸੌਂਗ ਸਿਲੈਕਸ਼ਨ ਤੁਸੀਂ ਕਿਵੇਂ ਕੀਤੀ ਕਿ ਸੌਂਗਸ ਜਿੱਦਾਂ ਤੁਸੀਂ ਕਹਿੰਦੇ ਸੀ ਮੈਸ਼ਅਪ ਕਰਕੇ ਜਿਹੜੇ ਸਿਲੈਕਟ ਕੀਤੇ ਕਿੱਦਾਂ ਕੀਤਾ ਜੀ ਮੈਂ ਤਾਂ ਮੋਸਟਲੀ ਮੈਂ ਲੋਟ ਆਫ ਹਿੰਦੀ ਸੌਂਗ ਸੁਣਦਾ ਹਾਂ ਹਾਂਜੀ ਤੇ ਉਹਦੇ ਵਿੱਚ ਮੈਂ ਸੁਣਿਆ ਵੀ ਮੈਂ ਦੇਖਿਆ ਵੀ ਕਿਹੜੇ ਸੌਂਗਸ ਰੋਮਾਂਟਿਕ ਕਿੱਦਾਂ ਕਰਨੇ ਚਾਹੀਦੇ ਆ ਉਹ ਸਭ ਨੂੰ ਬਹਿ ਕੇ ਥੋੜਾ ਚੁਣਿਆ ਵੀ ਆਹ ਗਾਣਾ ਵਧੀਆ ਰਹੂਗਾ ਆਹ ਗਾਣਾ ਵਧੀਆ ਰਹੂਗਾ ਰਾਈਟ ਹਾਂਜੀ ਤੇ ਬਾਅਦ ਚ ਭਾਜੀ ਕਹਿੰਦੇ ਮਲਪੁਰੀ ਭਾਜੀ ਕਹਿੰਦੇ ਸੈਂਡੀ ਜੀ ਕਹਿੰਦੇ ਤੇ ਵੀ ਇਹ ਪੰਜਾਬੀ ਮੋਸਟਲੀ ਪੰਜਾਬੀ ਹੋਣਾ ਮੈਂ ਕਿਹਾ ਚੱਲ ਕੋਈ ਗੱਲ ਆਪਾਂ ਚੇਂਜ ਕਰ ਦਿੰਦੇ ਆ ਰਾਈਟ ਤੇ ਆਪਾਂ ਵਿੱਚ ਪੰਜਾਬੀ ਸੌਂਗਸ ਮਿਕਸ ਕਰ ਦਿੰਦੇ ਆ ਤੇ ਉਹਦੇ ਨਾਲ ਫਿਰ ਮੈਂ ਜਿਹੜੇ ਸੀਗੇ ਵੀ ਗਾਣੇ ਦਾ ਇੱਕ ਪਹਿਰਾ ਗਾ ਕੇ ਉਦੋਂ ਬਾਅਦ ਦੂਜੇ ਸੌਂਗਸ ਲਿਆ ਕੇ ਇੱਦਾਂ ਸਾਰੇ ਮਿਕਸ ਕੀਤੇ ਹੋਏ ਆ ਵਿੱਚ ਹਾਂਜੀ ਸੋ ਤੁਹਾਡਾ ਫੇਵਰਿਟ ਸੌਂਗ ਕਿਹੜਾ ਆ ਜੀ ਫੇਵਰਿਟ ਸੌਂਗ ਸੁਣਾ ਦੇ ਹਾਂਜੀ ਸੁਣਾਓ ਜ਼ਰੂਰ ਜੀ ਹਿੰਦੀ ਲਫ਼ਜ਼ ਕੀ ਹੈ ਹਿੰਦਤ ਕੀ ਹੈ ਕੀ ਦੁਨੀਆ ਫਿਰ ਹਰ ਕੀ ਰਹੀ ਕਦੇ ਨਾ ਪਾਏ ਰਬੀ ਨਾ ਪਾਏ ਯਾਨੀ ਵਜ੍ਹਾ ਹੈ ਕਿਸਮਤ ਸੇ ਮਿਲਤੇ ਹੈ ਦੋ ਦਿਲ ਹਰ ਕਿਸੀ ਕੋ ਨਹੀਂ ਮਿਲਤਾ ਪਿਆਰ ਜ਼ਿੰਦਗੀ ਮੇ ਖੁਸ਼ ਬਹਿਰ ਜਿਵੇਂ ਕਿਸੀ ਕੋ ਨਹੀਂ ਮਿਲਤਾ ਯੋ ਪਿਆਰ ਜ਼ਿੰਦਗੀ ਮੇ ਵਾਹ ਵੈਰੀ ਨਾਈਸ ਥੈਂਕ ਯੂ ਐਂਡ ਜੋਬਨਜੀਤ ਤੁਸੀਂ ਆਪਣੀ ਸੌਂਗ ਸਿਲੈਕਸ਼ਨ ਬਾਰੇ ਦੱਸੋ ਕਿ ਕਿਵੇਂ ਸੌਂਗ ਸਿਲੈਕਟ ਕੀਤੇ ਐਂਡ ਇੱਕ ਸੌਂਗ ਦੇ ਦੋ ਬੋਲ ਵੀ ਸੁਣਾਓ ਹਾਂਜੀ ਜ਼ਰੂਰ ਜੀ ਤੁਹਾਨੂੰ ਮੈਂ ਇੱਕ ਨਿਊ ਸੌਂਗ ਸੁਣਾਉਣ ਲੱਗਿਆ ਆਪਣਾ ਹਾਂਜੀ ਉਹ ਸੋਹਣੀ ਮਾਂਦੀਏ ਸੋਹਣੀ ਜਾਈਏ ਦੁੱਧ ਵੱਖਣਾ ਨਾਲ ਪੜੀਏ ਨੀ ਸੋਹਣੀ ਮਾਂਦੀਏ ਸੋਹਣੀ ਜਾਈਏ ਦੁੱਧ ਵੱਖਣਾ ਨਾਲ ਪੜੀਏ ਕੌੜੇ ਬੋਲ ਨੀ ਬੋਲੀ ਦੇ ਨੀ ਖੰਡ ਮਿਸ਼ਰੀ ਦੀ ਡਲੀਏ ਕੌੜੇ ਬੋਲ ਨੀ ਬੋਲੀ ਦੇ ਨੀ ਖੰਡ ਮਿਸ਼ਰੀ ਦੀ ਡਲੀਏ ਵੈਰੀ ਨਾਈਸ ਸੋ ਸਿਲੈਕਸ਼ਨ ਓਲਡ ਨਿਊ ਐਂਡ ਜਿਹੜੇ ਆ ਰਹੇ ਸੌਂਗਸ ਮਿਕਸਡ ਆਲ ਟੁਗੇਦਰ ਕਿ ਇਹ ਸੌਂਗਸ ਉੱਥੇ ਔਨ ਫਰਾਈਡੇ ਤੁਸੀਂ ਪੇਸ਼ ਕਰੋਗੇ ਸੋ ਐਨੀਥਿੰਗ ਜੋ ਤੁਸੀਂ ਸ਼ੋਅ ਵਾਲੀ ਹੋਰ ਕਹਿਣਾ ਚਾਹੋਗੇ ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਜੀ ਕਿ ਸਾਡੇ ਸ਼ੋਅ ਨੂੰ ਵੱਧ ਤੋਂ ਵੱਧ ਆਡੀਅੰਸ ਦੀ ਲੋੜ ਆ ਜੀ ਕਿਉਂਕਿ ਅਸੀਂ ਆਡੀਅੰਸ ਦੇ ਸਿਰ ਤੇ ਹੁੰਦੇ ਹਾਂ ਜੀ ਸਿੰਗਰ ਹਾਂਜੀ ਹਾਂਜੀ ਕਿਉਂਕਿ ਜਿੰਨੇ ਵੱਧ ਤੋਂ ਵੱਧ ਆਡੀਅੰਸ ਪਹੁੰਚੂਗੀ ਸਾਨੂੰ ਸਾਡਾ ਓਨਾ ਹੀ ਹੌਸਲਾ ਵਧੂਗਾ ਤੇ ਤਾਂ ਕਿ ਵਾਰ ਵਾਰ ਅਸੀਂ ਸੇਵਾ ਕਰ ਸਕੀਏ ਜੀ
ਹਾਂਜੀ ਇੱਕ ਹੋਰ ਗੱਲ ਹੈ ਜੀ ਤੁਸੀਂ ਟਿਕਟ ਪਹਿਲਾਂ ਖਰੀਦਿਓ $25 ਦੀ ਪਹਿਲਾਂ ਜੇ ਡੋਰ ਦੇ ਉੱਤੇ ਲੈਣੀ ਡੋਰ ਤੇ ਵੀ ਮਿਲ ਜਾਣਗੇ ਪਰ $5 ਵੱਧ ਲੱਗਣਗੇ ਉੱਥੇ $30 ਦੀ ਆ ਹਾਂਜੀ ਰਾਈਟ ਜਸਟ ਅ ਹੈਡਸ ਅਪ ਐਵਰੀਬਾਡੀ ਹਾਂਜੀ ਯੈਸ ਸੋ ਐਵਰੀਬਾਡੀ ਗੈਟ ਯੂਰ ਟਿਕਟਸ ਫਾਸਟ ਬਿਕਾਜ਼ ਇਟਸ ਸੈਲਿੰਗ ਆਊਟ ਔਨ ਫਰਾਈਡੇ ਸੋ ਓ ਵੀ ਇਟਸ ਨਾਟ ਫਾਰ ਅਵੇ ਦਿਸ ਫਰਾਈਡੇ ਹੋਣ ਜਾ ਰਿਹਾ ਸ਼ੋ ਥੈਂਕ ਯੂ ਤੁਸੀਂ ਦੋਨੇ ਆਣ ਕੇ ਸਾਨੂੰ ਸ਼ੋ ਬੜੀ ਹੋਰ ਜਾਣਕਾਰੀ ਦਿੱਤੀ ਐਂਡ ਲਾਈਵ ਸਿੰਗਿੰਗ ਵੀ ਕੀਤੀ ਐਂਡ ਲੁਕਿੰਗ ਫੋਰਵਰਡ ਕਿ ਹੋਰ ਲਾਈਵ ਸਿੰਗਿੰਗ ਤੁਹਾਡੀ ਸੁਣਨ ਜਾ ਰਹੀ ਹੋਗੀ ਔਨ ਫਰਾਈਡੇ ਸੋ ਥੈਂਕ ਯੂ ਬੋਥ Thank you. So stay tuned. We're going to be talking to Sandy more about the show and she'll give you more information. So sonde ro, vapas sonde ya break ke baad. So I have singers Jobannjeet, jede specially I want to say thank you to him because unne meri ek call de utte India to aaye. Hanji. And fir hai ge apne Jasvinder Dagamia. Hanji. He's from England. ਉਹ ਵੀ ਬਹੁਤ ਹੀ ਅੱਛੇ ਸਿੰਗਰ ਹੈ ਜਿੱਦਾਂ ਸਾਰਿਆਂ ਨੇ ਉਹਨਾਂ ਨੂੰ ਸੁਣਿਆ ਹਾਂਜੀ ਔਰ ਸਾਡੇ ਕੋਲ ਹੈਗੇ ਆ ਸਰਬਜੀਤ ਮਲਪੁਰੀ ਹੁਸਨਪ੍ਰੀਤ ਉਹ ਅੱਜ ਆ ਨਹੀਂ ਸਕੇ ਬਿਕਾਜ਼ ਸ਼ੀ ਵਾਸ ਸਿਕ ਸੋ ਆਈ ਡੋਨਟ ਵਾਂਟ ਟੂ ਪੁਸ਼ ਮਾਈ ਸਿੰਗਰਸ ਆਈ ਵਾਂਟ ਥੈਮ ਟੂ ਬੀ ਰੈਡੀ ਫਾਰ ਫਰਾਈਡੇ ਹਾਂਜੀ ਯਾ ਫਰਾਈਡੇ ਤੋਂ ਮੈਂ ਮੰਗਦੀ ਹੈਗੀ ਆ ਐਂਡ ਸਾਡੇ ਕੋਲ ਹੈਗੇ ਆ ਪ੍ਰਦੀਪ ਸੂਬਾ ਜੀ ਔਰ ਸਾਡੇ ਕੋਲ ਇੱਕ ਹੋਰ ਸਾਡੇ ਕੋਲ ਜਿੱਦਾਂ ਕਿ ਗੋਪੀ ਡੀ ਹੈਗੇ ਆ ਹਾਂਜੀ ਐਂਡ ਸਾਡੇ ਕੋਲ ਇੱਕ ਹੋਰ ਸਿੰਗਰ ਹੈਗੇ ਜੋ ਕਿ ਅੱਜ ਆਲਰੇਡੀ ਇੰਡੀਆ ਤੋਂ ਆ ਚੁੱਕੇ ਆ ਬਟ ਬਿਕਾਜ਼ ਹੀ ਜਸਟ ਕੇਮ ਫਰੋਮ ਇੰਡੀਆ ਸੋ ਆਈ ਡੋਨਟ ਵਾਂਟ ਹਿਮ ਟੂ ਬ੍ਰਿੰਗ ਹਿਮ ਹੇਅਰ ਹਾਂਜੀ ਉਹ ਹੈਗੇ ਸੋਨ ਸਿਕੰਦਰ ਜੀ ਓਕੇ ਵੈਰੀ ਨਾਈਸ ਸੋ ਲਾਈਕ ਮੈਂ ਪ੍ਰੋਮਿਸ ਸੋਚਿਆ ਸੀ ਕਿ 5 ਸਿੰਗਰਸ ਲੈ ਕੇ ਆਵਾਂ ਬਟ ਰਾਈਟ ਨਾਓ ਮੇਰੇ ਕੋਲ 8 ਸਿੰਗਰ ਹੋ ਗਏ ਆ ਅਸੀਂ ਤਾਂ ਐਕਸਟਰਾ ਸਿੰਗਰਸ ਦੇ ਰਹੇ ਹਾਂ ਇਹ ਸਾਡੀ ਸਪੈਸ਼ਲ ਹੈਗਾ ਆ